ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਖਬਰਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹੂਸ ਪਰਮਜੀਤ ਪਗਨਾ। ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ। ਕੈਨੇਡਾ 'ਚ ਆਮ ਚੋਣਾਂ ਹੁਣ 40 ਦਿਨ ਤੋਂ ਵੀ ਘੱਟ ਸਮਾਂ ਜਿਹੜਾ ਕਿ ਰਹਿ ਚੁੱਕਿਆ ਹੈ, ਅਤੇ ਇਸ ਵੇਲੇ ਕੈਨੇਡਾ ਦੀ ਹਰ ਪਾਰਟੀ ਲੋਕਾਂ ਨੂੰ ਕੋਈ ਨਾ ਕੋਈ ਵੱਡਾ ਸੁਨੇਹਾ ਦੇਣ ਜਾ ਰਹੀ ਹੈ। ਅਤੇ ਇੱਦਾਂ ਦੇ ਟਾਈਮ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਲੋਕਾਂ ਨੂੰ ਅੱਗੇ ਵਧਣ ਦਾ ਜਿਹੜਾ ਕਿ ਸੁਨੇਹਾ ਦੇ ਦਿੱਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਲਿਖਿਆ ਕਿ 21 ਅਕਤੂਬਰ ਦੇ ਦਿਨ ਮੋਂਟਰੀਅਲ ਦੇ ਪੂਰੇ ਦੇਸ਼ ਵਿੱਚ ਬਹੁਤ ਜ਼ਰੂਰੀ ਚੋਣ ਹੋਣ ਜਾ ਰਹੇ ਨੇ, ਅਤੇ ਇਹ ਚੋਣ ਅੱਗੇ ਵਧਣ ਵਾਸਤੇ ਨੇ, ਅਤੇ ਅੱਗੇ ਵਧਣਾ ਤੁਸੀਂ ਜਾਂ ਫਿਰ ਸਟੀਫਨ ਹਾਰਪਰ ਦੇ ਸਮੇਂ ਦੇ ਵਿੱਚ ਵਾਪਸ ਜਾਣਾ। ਮੈਂ ਅੱਗੇ ਵਧਣਾ ਚੁਣਿਆ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਜਿਸ ਵਿੱਚ ਫ੍ਰੈਂਚ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ, ਅਤੇ ਉਸ ਵਿੱਚ ਉਹ ਕਹਿ ਰਹੇ ਸਨ ਕਿ 4 ਸਾਲ ਮਿਡਲ ਕਲਾਸ ਲੋਕਾਂ ਦੀ ਲਾਈਫ ਬਿਹਤਰ ਬਣਾਉਣ ਵਿੱਚ ਲਗਾਏ ਨੇ। ਗਰੀਬੀ ਘੱਟ ਰਹੀ ਹੈ, ਬੇਰੁਜ਼ਗਾਰੀ ਘੱਟ ਰਹੀ ਹੈ, ਅਤੇ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਨੇ। ਅਤੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਦੁਨੀਆ ਦੇ ਸਭ ਤੋਂ ਬੈਸਟ ਦੇਸ਼ ਰਹੇ ਹਾਂ ਤਾਂ ਬਿਹਤਰ ਹੋਣਾ ਹਮੇਸ਼ਾ ਨਾਮੁਮਕਿਨ ਹੈ। ਜਸਟਿਨ ਟਰੂਡੋ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਮੈਂ ਅੱਗੇ ਵਧਣਾ ਚਾਹੁੰਦਾ ਹਾਂ, ਅਤੇ ਅਸੀਂ ਪਰਿਵਾਰਾਂ ਅਤੇ ਵਰਕਰਾਂ ਅਤੇ ਆਪਣੇ ਭਾਈਚਾਰੇ 'ਚ ਨਿਵੇਸ਼ ਕਰਨਾ ਚੁਣਿਆ। ਅਸੀਂ ਇਕੱਠੇ ਬੀਤੇ 4 ਸਾਲ 'ਚ ਬਹੁਤ ਕੁਛ ਕੀਤਾ, ਪਰ ਇਹ ਸਾਫ਼ ਹੈ ਕਿ ਅਜੇ ਬਹੁਤ ਕੰਮ ਕਰਨੇ ਬਾਕੀ ਨੇ। ਲੋਕਾਂ ਦੀ ਮਦਦ ਕਰਨਾ, ਮੁਸ਼ਕਲ ਨੂੰ ਹੱਲ ਕਰਨਾ ਅਤੇ ਹੋਰ ਵਿਕਾਸ ਦਾ ਕੰਮ ਅਜੇ ਬਹੁਤ ਬਾਕੀ ਹੈ। 21 ਅਕਤੂਬਰ ਦੇ ਦਿਨ ਮੋਂਟਰੀਅਲ ਅਤੇ ਪੂਰੇ ਦੇਸ਼ ਕੈਨੇਡਾ ਦੇ ਵਿੱਚ ਕੈਨੇਡੀਅਨ ਬਹੁਤ ਜ਼ਰੂਰੀ ਚੋਣ ਕਰਨ ਜਾ ਰਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਕੀ ਚਾਹੁੰਦੇ ਹੋ, ਸਟੀਫਨ ਹਾਰਪਰ ਦੇ ਸਮੇਂ ਵਿੱਚ ਵਾਪਸ ਜਾਣਾ ਜਾਂ ਫਿਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਇਹ ਤੁਹਾਡਾ ਆਪਣਾ ਨਿਰਣੈ। ਸੋ ਪੰਜਾਬੀ ਖਬਰਾਂ ਦੇ ਵਿੱਚ ਇਹ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ। ਜੋਤਿਸ਼ ਸਮਰਾਟ GL ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 2 ਘੰਟੇ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। 81 468 13 896 81 468 13 896